ਅਸਲਾਮ ਵਾਲੇਕਮ ਕਿਸਾਨ ਵੀਰੋ ਮੈਂ ਤੁਹਾਡਾ ਦੋਸਤ ਮੁਸਤਫਾ ﺍﻟवी ਤੁਸੀਂ ਦੇਖ ਰਹੇ ਹੋ ﺍﻟवी ਐਗਰੀਕਲਚਰ ਫਾਰਮ ਲਾਹੌਰ ਤੇ ਅੱਜ ਇਸ ਖੇਤ ਤੇ ਅਸੀਂ ਮੂੰਗੀ ਦਾ ਖੇਤ ਹੈ ਜਿੱਥੇ ਖੜੇ ਆ ਇਹ ਫਸਲ ਹੈਗੀ ਹੈ ਮੂੰਗੀ ਦੀ 1885 ਕਾਇਨਾ ਦੀ ਲੇਟੈਸਟ ਵੈਰਾਈਟੀ ਸੀ ਔਰ ਅੱਛੀ ਵੈਰਾਈਟੀ ਸੀ ਔਰ ਮੂੰਜਰ ਵੀ ਲੰਮੀ ਹੈ ਇਹ ਨਹੀਂ ਕਿ ਮੂੰਜਰ ਨਹੀਂ ਲੰਮੀ ਦਾਣਾ ਵੀ ਬਹੁਤ ਅੱਛਾ ਹੋਇਆ ਲੇਕਿਨ ਸਮਝੋ ਗੱਲ ਬਾਤ ਹੈ ਕੱਲ ਜਿਹੜੀ ਤੂਫਾਨੀ ਬਾਰਿਸ਼ ਲਾਹੌਰ ਦੇ ਵਿੱਚ ਹੋਈ ਹੈ ਉਨੇ ਤੈਸ ਨੈਸ ਕਰਕੇ ਰੱਖਤਾ ਹੈ ਤੇ ਪੂਰੀ 1885 ਦੀ ਜਿਹੜੀ ਫਸਲ ਹੈ ਉਹ ਲੰਮੇ ਪਾਤੀ ਹੈ ਤੇ ਇਹ ਬਿਲਕੁਲ ਲੰਮੇ ਪੈ ਗਈ ਹੈ ਤੇ ਲੱਗਦਾ ਨਹੀਂ ਪਿਆ ਕਿ ਇਹ ਗੋਪਤੇ ਫਸਲ ਹੈ ਵੇਖ ਸਕਦੇ ਤੁਸੀਂ ਇਹ ਜਿਹੜੀ ਫਸਲ ਹੈ ਇਹ ਗੋਪਤੇ ਹੈ ਤੇ ਲੱਗਦਾ ਨਹੀਂ ਪਿਆ ਕਿ ਹੁਣ ਇਹ ਲੰਮੇ ਪੈ ਗਈ ਹੈ ਤੇ ਇਹਨੂੰ ਯਾਨੀ ਕਿ ਫਲ ਲੱਗੇਗਾ ਅਗਰ ਆਇ ਤੂੰ 10 ਦਿਨ ਬਾਅਦ ਕਿਤੇ ਜਾ ਕੇ ਲਵੇਂ ਪੈਂਦੀ ਤੇ ਫਿਰ ਇਹਨੂੰ ਹੋ ਸਕਦਾ ਸੀ ਕਿ ਫਲ ਪੈ ਜਾਂਦਾ ਕਹਿੰਦਾ ਮਕਸਦ ਇਹ ਹੈ ਕਿ ਇਹਦਾ ਜਿਹੜਾ ਕੱਦ ਸੀ ਨਾ ਉਹ 6.5 ਫੁੱਟ ਤੱਕ ਚੱਲ ਗਿਆ ਆਂਦੇ ਜੀ ਪਾਕਿਸਤਾਨ ਦਾ ਆਲ ਖਾਲ ਜਿਹੜਾ ਵੈ ਉਹਦਾ ਕੱਦ ਬਹੁਤ ਵੱਡਾ ਹੁੰਦਾ ਵੈ ਲੇਕਿਨ ਨਹੀਂ ਜਿਹੜੀ ਇਹ ਵੈਰਾਈਟੀ ਸੀਗੀ ਇਹਨੇ ਕੱਦ ਇਸ ਤਰਾਂ ਕੀਤਾ ਕਿ ਅਖੀਰ ਹੀ ਹੋ ਗਈ ਠੀਕ ਹੈ ਮੁੰਜਰ ਸਾਰਾ ਕੁਝ ਅੱਛਾ ਵੈ ਅੱਛੀ ਵੈਰਾਈਟੀ ਸੀ ਲੇਕਿਨ ਕੱਦ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਇਹ ਵੇਖੋ ਨਾ ਇੱਕ ਪੌਦਾ ਵਾ ਫਲ ਵੇਖੋ ਮਾਸ਼ਾਅੱਲਾ ਫਲ ਬਹੁਤ ਜ਼ਿਆਦਾ ਵਾ ਅਗਰ ਫਲ ਦੀ ਗੱਲ ਕਰੀਏ ਤੇ ਫਲ ਬੇਤਹਾਸ਼ਾ ਵਾ ਇਹਨੂੰ ਇੱਕ ਪੌਦੇ ਨੂੰ ਇੰਨਾ ਫਲ ਹੈ ਲੇਕਿਨ ਮੂੰਜਰ ਜਿਹੜੀ ਹੈ ਉਹ ਵੀ ਚੰਗੀ ਲੰਮੀ ਹੈ ਸੋਹਣਾ ਵਾ ਸਭ ਕੁਝ ਅੱਛਾ ਵਾ ਠੀਕ ਹੈ ਸਿਰਫ ਕੱਦ ਜ਼ਿਆਦਾ ਵੱਡਾ ਹੋਣ ਦੀ ਵਜ੍ਹਾ ਤੋਂ ਇਹ ਜਨਾਬ ਡੇਗ ਗਿਆ ਹੁਣ ਪਤਾ ਨਹੀਂ ਸਾਡੀ ਇਸ ਪੈਲੀ ਦੇ ਵਿੱਚ ਤਾਕਤ ਜ਼ਿਆਦਾ ਸੀ ਇਹਦਾ ਕੱਦ ਵੱਡਾ ਹੋ ਗਿਆ ਕਿਉਂਕਿ ਪਾਕਿਸਤਾਨੀ ਤੇ ਪਹਿਲੀ ਦਫਾ ਇੰਡੀਆ ਚ ਆਇਆ ਵੈ ਇਹ ਹੁਣ ਸਾਡੇ ਇੰਡੀਅਨ ਕਿਸਾਨ ਦੱਸ ਸਕਦੇ ਆ ਜਿਨ੍ਹਾਂ ਨੇ 1885 ਲਾਇਆ ਪਿਛਲੇ ਸਾਲ ਉਥੇ ਕਿ ਆਇਆ ਕੇ ਦਾ ਕਦ ਆਮੂਮਨ ਵੱਡਾ ਹੁੰਦਾ ਹੈ ਜਾਂ ਸਾਡੀ ਇਹ ਪਹਿਲੀ ਦੇ ਵਿੱਚ ਏਡਾ ਇਹਦਾ ਕਦ ਹੋ ਗਿਆ ਸੀ ਕਿ ਇਹਨੂੰ ਜਨਾਬ ਇਹ ਮਸਲਾ ਪੇਸ਼ ਆਇਆ ਤੇ ਮੁੰਜਰ ਵਾਲੋ ਗੱਲ ਕਰੀਏ ਤੇ ਮੁੰਜਰ ਬਹੁਤ ਅੱਛੀ ਹੈ ਮੁੰਜਰ ਲੰਮੀ ਹੈ ਸਾਰਾ ਕੁਝ ਅੱਛਾ ਵੈ ਬਸ ਗੋਪਤੇ ਸੀ ਮਾਲਕ ਨੂੰ ਮਨਜ਼ੂਰ ਨਹੀਂ ਸੀ ਹੈਗਾ ਤੇ ਉਹ ਅਕਸਰ ਕਿਸਾਨਾਂ ਦੇ ਯਾਰ ਨਜ਼ਰ ਲੱਗ ਗਈ ਲੇਕਿਨ ਨਹੀਂ ਨਜ਼ਰ ਕਾਦੀ ਬਸ ਜੋ ਮਾਲਕ ਨੂੰ ਮਨਜ਼ੂਰ ਨਹੀਂ ਤੇ ਫਿਰ ਉਹ ਮਨਜ਼ੂਰ ਨਹੀਂ ਹੁੰਦਾ ਤੇ ਇਹ ਕੋਈ ਤਕਰੀਬਨ ਜੀ 5-6 ਲੱਖ ਦਾ ਜਿਹੜਾ ਨੁਕਸਾਨ ਹੈ ਤੇ ਕੋਈ ਨਹੀਂ ਮਾਲਕ ਹੋਰ ਕਿਤੇ ਪੂਰਾ ਕਰੇਗਾ ਕਿਸਾਨ ਜਿਹੜਾ ਹੁੰਦਾ ਵਾ ਉਹਦਾ ਤਾਂ ਸਾਰਾ ਕੁਝ ਬਾਹਰ ਹੀ ਪਿਆ ਹੁੰਦਾ ਵਾ ਤੇ ਲਿਹਾਜ਼ਾ ਕਿਸਾਨ ਦਾ ਜਿਹੜਾ ਦਿਲ ਹੁੰਦਾ ਨਾ ਜਿਹੜਾ ਜਿਗਰਾ ਹੁੰਦਾ ਉਹ ਬਹੁਤ ਵੱਡਾ ਹੁੰਦਾ ਤੇ ਇਸ ਕਰਕੇ ਇਹ ਤਾਂ ਜ਼ਾਹਰੀ ਗੱਲ ਹੈ ਇਹ ਸਾਨੂੰ ਨੁਕਸਾਨ ਹੈ ਇਹ ਤਾਂ ਸਾਨੂੰ ਹੀ ਬਰਦਾਸ਼ਤ ਕਰਨਾ ਹੀ ਕਰਨਾ ਹੈ ਅਗਰ ਰੱਬ ਨਾ ਵੀ ਦਵੇ ਪੱਕੀ ਫਸਲ ਹੋਵੇ ਤੇ ਉਹ ਡਿੱਗ ਜੇ ਤੇ ਉਹ ਵੀ ਬਰਦਾਸ਼ਤ ਕਰੀ ਦੀ ਐ ਤੇ ਹਰ ਤਰੀਕੇ ਨਾਲ ਕਿਸਾਨ ਜਿਹੜਾ ਉਹ ਬਰਦਾਸ਼ਤ ਕਰਦਾ ਹੈ لہذا ਅੱਲਾ ਪਾਕ ਜੀ ਇਸ ਕਿਸਾਨ ਭਰਾ ਨੂੰ ਸਬਰ ਦਵੇ ਤੇ ਅਸੀਂ ਉਹਨਾਂ ਦੇ ਹੱਕ 'ਚ ਦਵਾਹ ਕਰ ਸਕਦੇ ਹਾਂ ਬਾਕੀ ਇਹ ਹੈ ਕਿ ਜਿਹੜੇ ਸਾਡੇ ਇੰਡੀਅਨ ਕਿਸਾਨ ਹੈ ਉਹ ਸਾਨੂੰ ਜ਼ਰੂਰ ਦੱਸਣ ਕਿਉਂਕਿ ਉਹਨਾਂ ਦੇ ਮੁਲਕ ਦੀ ਵੈਰਾਈਟੀ ਹੈ ਤੇ ਚੜ੍ਹਦੇ ਪੰਜਾਬ ਵੱਲੋਂ ਸਾਨੂੰ ਕਮੈਂਟ ਬਾਕਸ 'ਚ ਦੱਸਿਆ ਜਾਵੇ 1885 ਕਿਸੀ ਵੈਰੈਟੀ ਸੀ ਕਾਇਨਾਤ ਦੀ ਔਰ 1885 ਦੇ ਬਾਰੇ ਇਹ ਕਿਹਾ ਜਾ ਰਿਹਾ ਸੀ ਕਿ ਜੀ ਇਹ ਕਮਸ ਕਮ ਕੋਈ 90 ਮਾਣ ਚਾਰ ਨਿਕਲੇਗਾ ਦਾ ਲੇਕਿਨ ਉਹ ਨਤੀਜਾ ਨਿਕਲਣ ਤੋਂ ਪਹਿਲੇ ਹੀ ਲੰਮੇ ਪੈ ਗਈ ਹੈ ਬਾਕੀ ਹੁਣ ਕਮੈਂਟ ਬਾਕਸ ਚ ਕਿਸਾਨ ਦੋ ਦੱਸਣ ਕਿ ਇਹ ਗੋਬ ਦੇ ਉੱਤੇ ਹੈ ਇਹ ਡੇਗੀ ਹੈ ਆਇਆ ਕਿ ਇਹਨੂੰ ਰੱਖ ਲੈਣਾ ਚਾਹੀਦਾ ਵੈ ਕਿ ਜਾਂ ਵੜ ਲੈਣਾ ਚਾਹੀਦਾ ਵੈ ਯਾਨੀ ਕਿ ਅਸੀਂ ਵੜ ਕੇ ਆਪਣੇ ਡੰਗਰਾਂ ਨੂੰ ਪਸ਼ੂਆਂ ਨੂੰ ਇਹ ਫਸਲ ਪਾ ਦੀਏ ਜਾਂ ਸਬਰ ਕਰ ਲੈਣਾ ਚਾਹੀਦਾ ਹੈ ਕੀ ਤੁਸੀਂ ਕਹਿੰਦੇ ਜੇ ਕਿਹਾ ਗੋਡਾ ਲਾ ਸਕਦੀ ਹੈ ਅਗਰ ਤੇ ਗੋਡਾ ਲਾ ਦਵੇ ਤੇ ਫਿਰ ਅੱਲਾ ਕਿੱਦੀ ਖੈਰ ਉਮੀਦ ਹੈ ਕਿ ਇਹ ਕੁਝ ਚਾਰ ਪੈਸੇ ਦੇ ਦੇਗੀ ਤੇ ਇਹ ਸਾਨੂੰ ਕਮੈਂਟ ਬਾਕਸ ਚ ਕਿਸਾਨ ਦੋਸ ਦੱਸਣ ਤੇ ਅੱਲਾ ਪਾਕ ਜੀ ਇਸ ਕਿਸਾਨ ਨੂੰ ਵੀ ਜਿਹੜਾ ਵਾ ਉਹ ਸਬਰ ਦੇਣ ਅੱਲਾ ਪਾਕ ਸਭ ਨੂੰ ਸਬਰ ਦੇਣ ਅੱਲਾ ਪਾਕ ਸਭ ਵਾਸਤੇ ਅੱਛਾ ਕਰੇ ਆਮੀਨ ਰੱਬ ਰੱਖਾ ਅੱਜ ਦੀ ਵੀਡੀਓ ਇੱਕ ਦਿਲ ਭਰੇ ਆਂਸੂ ਭਰੇ ਅੰਦਾਜ਼ ਦੇ ਨਾਲ ਜਨਾਬ ਤੇ ਅਸੀਂ ਇਹ ਵੀਡੀਓ ਸ਼ੂਟ ਕੀਤੀ ਹੈ ਸਾਨੂੰ ਬੜਾ ਦੁੱਖ ਹੋਇਆ ਦਿਲੀ ਦੁੱਖ ਹੋਇਆ ਕਿ ਏਡੀ ਸੋਹਣੀ ਫਸਲ ਸੀ 1885 ਦੀ ਲੇਕਿਨ ਉਹ ਡੇਗੀ